ਸਾਰਾ ਬੇਨਤੀ ਹੈ ਦੋਸਤੋ ਇੱਕਜੁੱਟ ਹੋ ਕੇ ਚੱਲਣਾ ਚਾਹੀਦਾ ਕੋਈ ਜਾਤ ਪਾਤ ਨਹੀਂ ਸਾਡਾ ਲਹੂ ਇੱਕੋ ਹੀ ਹੈ ਕੋਈ ਮੈਨੂੰ ਇਹ ਦੱਸ ਦੇ ਵੱਡੇ ਤੋਂ ਵੱਡਾ ਵਿਗਿਆਨਕ ਇੱਕ ਪਾਸੇ ਮੁਸਲਮਾਨ ਦਾ ਲਹੂ ਰੱਖ ਲਓ ਇੱਕ ਪਾਸੇ ਹਿੰਦੂ ਦਾ ਲਹੂ ਰੱਖ ਲਓ ਅਗਰ ਕੋਈ ਉਹ ਵਿਗਿਆਨਕ ਦੱਸ ਦੇ ਕਿ ਇਹ ਮੁਸਲਮਾਨ ਦਾ ਕਿਹੜਾ ਤੇ ਸਿੱਖ ਦਾ ਕਿਹੜਾ ਤੇ ਹਿੰਦੂ ਦਾ ਕਿਹੜਾ ਮੈਂ ਉਹਦੀ ਸਾਰੀ ਉਮਰ ਗੁਲਾਮੀ ਕਰੂੰਗਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਨਾਲ ਬਹੁਤ ਵੱਡਾ ਧੱਕਾ ਹੋਇਆ ਧੱਕਾ ਕੀ ਸਿੱਖ ਕੌਮ ਨਾਲ ਧੱਕਾ ਹੋਇਆ ਮੁਸਲਮਾਨ ਭਾਈਚਾਰਾ ਪੰਜਾਬ ਦਾ ਸਿੱਖ ਕੌਮ ਦੇ ਨਾਲ ਖੜੇ ਹਾਂ